ਹੈਲੋ ਸਟੂਡੈਂਟਸ, ਹਾਓ ਆਰ ਯੂ। ਮੈਂ ਤੁਹਾਡਾ ਸ਼ਿਵਮ ਸਰ ਪਰਮ ਟੀ ਵੀ ਚੈਨਲ 'ਤੇ ਜਮਾਤ ਅੱਠਵੀਂ ਦਾ ਅਧਿਆਇ ਸੱਤਵਾਂ ਦੀ ਅਭਿਆਸ 7.9 ਕਰਵਾਉਣ ਜਾ ਰਿਹਾ ਹਾਂ। ਪਿਛਲੀ ਵੀਡੀਓ 'ਚ ਆਪਾਂ 7.8 ਦੇ ਬਹੁਵਿਕਲਪੀ ਪ੍ਰਸ਼ਨ ਦੇਖੇ ਸੀ, ਹੁਣ ਇਸ ਵਾਰੀ ਆਪਾਂ 7.9 ਦੇ ਬਹੁਵਿਕਲਪੀ ਪ੍ਰਸ਼ਨ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾ ਸਵਾਲ ਹੈ, ਜਦੋਂ ਇੱਕ ਖਾਤਾ ਦੋ ਨਾਵਾਂ ਵਿੱਚ ਖੋਲ੍ਹਿਆ ਜਾਂਦਾ ਹੈ ਤਾਂ ਉਸ ਨੂੰ ਖਾਤਾ ਜਾਣਿਆ ਜਾਂਦਾ ਹੈ ਸਾਂਝਾ ਖਾਤਾ। ਡੀ ਆਪਸ਼ਨ ਬਿਲਕੁਲ ਰਾਈਟ ਆਂਸਰ ਹੈ। ਕਿਸੇ ਖਾਤੇ ਵਿੱਚੋਂ ਪੈਸੇ ਕਢਵਾਉਣ ਲਈ ਸਾਨੂੰ ਡੈਸ਼ ਪਰਚੀ ਭਰਨੀ ਪੈਂਦੀ ਹੈ, ਨਿਕਾਸੀ। ਸੀ ਆਪਸ਼ਨ ਬਿਲਕੁਲ ਰਾਈਟ ਆਂਸਰ ਹੈ। ਏਟੀਐਮ ਦਾ ਅਰਥ ਹੈ ਆਟੋਮੈਟਿਡ ਟੈਲਰ ਮਸ਼ੀਨ, ਇਹ ਆਪਸ਼ਨ ਬਿਲਕੁਲ ਰਾਈਟ ਆਂਸਰ ਹੈ। ਪਿੰਨ ਦਾ ਅਰਥ ਹੈ ਪਰਸਨਲ ਆਇਡੈਂਟੀਫਿਕੇਸ਼ਨ ਨੰਬਰ, ਬੀ ਆਪਸ਼ਨ ਬਿਲਕੁਲ ਰਾਈਟ ਆਂਸਰ ਹੈ, ਪਰਸਨਲ ਆਇਡੈਂਟੀਫਿਕੇਸ਼ਨ ਨੰਬਰ। ਪੰਜਵਾਂ ਸਮਾਂ, ਕਿਸੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਲਈ ਸਾਨੂੰ ਡੈਸ਼ ਪਰਚੀ ਭਰਨੀ ਪੈਂਦੀ ਹੈ ਜਮ੍ਹਾਂ, ਕਿਹੜੀ ਆਪਸ਼ਨ ਆਏਗੀ? ਡੀ ਆਪਸ਼ਨ ਬਿਲਕੁਲ ਰਾਈਟ ਆਂਸਰ ਹੈ। ਛੇਵਾਂ ਸਵਾਲ ਦੇਖਦੇ ਹਾਂ, ਹੇਠਾਂ ਲਿਖਿਆਂ ਵਿੱਚੋਂ ਕਿਹੜਾ ਖਾਤੇ ਨਾਲ ਸੰਬੰਧ ਲੈਣ ਦੇਣ ਟ੍ਰਾਂਜੈਕਸ਼ਨ ਬਾਰੇ ਸੂਚਿਤ ਕਰਦਾ ਹੈ? ਪਾਸਬੁੱਕ, ਬੀ ਆਪਸ਼ਨ ਬਿਲਕੁਲ ਰਾਈਟ ਆਂਸਰ ਹੈ। ਇਸ ਤਰ੍ਹਾਂ ਆਪਣੀ ਅਭਿਆਸ 7.9 ਕੰਪਲੀਟ ਹੁੰਦੀ ਹੈ। ਇਸ ਦੇ ਨਾਲ ਹੀ ਆਪਣਾ ਅਧਿਆਇ ਸੱਤਵਾਂ ਪੂਰਾ ਕੰਪਲੀਟ ਹੁੰਦਾ ਹੈ। ਆਸ ਕਰਦਾ ਹਾਂ ਕਿ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝ ਆਇਆ ਹੋਵੇਗਾ। ਥੈਂਕਸ ਫੋਰ ਵਾਚਿੰਗ ਦਿਸ ਵੀਡੀਓ।